बहुत ही वो जनरल फिल्म बनाई है और जैसे हमने कहा कि टैक्स फ्री होनी भी नहीं दिल रखता है कि हर तरफ से सपोर्ट मिलना चाहिए चाहे हम कलाकार केस पे की जरे सिनेमा कहीं भी हुई है एक सिकड़ा नहीं पड़ गया तुसी एक सिख दी गल कर रहे हो मैं एडे एडे बच्चे मगरमच्छा वांग लड़दे वेखे ने सत श्री अकाल जी पंजाबी ग्रुप देख रहे हो मैं दीक्षा ठाकुर उम्मीद कर दिया सारे जने ठीक ठाक होवोगे मस्ताने फिल्म 25 अगस्त यानी कि कल सिनेमा घरों का श्रृंगार बनने के लिए बिल्कुल तैयार है तो इस फिल्म की अनाउंसमेंट जदों तो हुई है इस फिल्म के पोस्टर टीजर ते ट्रेलर तो लैके हुण तक इस फिल्म नू लैके हर किसी के मन के अंदर एक अलग ही क्रॉसिटी क्रिएट हो रही है ਇਹ ਫਿਲਮ ਪੰਜਾਬੀ ਹਿਸਟਰੀ ਨੂੰ ਰਿਪ੍ਰੈਜੈਂਟ ਕਰਦੀ ਹੈ ਇਸ ਫਿਲਮ ਦੇ ਵਿੱਚ ਤਰਸੇਮ ਜੱਸੜ ਗੁਰਪ੍ਰੀਤ ਘੁੱਗੀ ਅਤੇ ਸਿੰਮੀ ਚਾਹਲ ਲੀਡ ਰੋਲ ਦੇ ਵਿੱਚ ਨਜ਼ਰ ਆਉਣਗੇ ਵੈਲ ਇਸ ਫਿਲਮ ਦੀ ਹਾਲ ਹੀ ਵਿੱਚ ਮੁੰਬਈ ਦੇ ਵਿੱਚ ਸਕ੍ਰੀਨਿੰਗ ਕੀਤੀ ਗਈ ਜਿਸ ਦੌਰਾਨ ਕਪਿਲ ਸ਼ਰਮਾ ਰਾਜ ਬੱਬਰ ਵਰਗੇ ਵੱਡੇ ਕਲਾਕਾਰ ਇਸ ਸਕ੍ਰੀਨਿੰਗ ਦਾ ਹਿੱਸਾ ਬਣੇ ਅਤੇ ਉਹਨਾਂ ਨੇ ਪੂਰੀ ਟੀਮ ਨੂੰ ਬਹੁਤ ਵਧਾਈਆਂ ਦਿੱਤੀਆਂ ਅਤੇ ਬਹੁਤ ਜ਼ਿਆਦਾ ਤਾਰੀਫ ਵੀ ਕੀਤੀ ਕਪਿਲ ਸ਼ਰਮਾ ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਫਿਲਮ ਕਿੰਨੀ ਜ਼ਿਆਦਾ ਪਸੰਦ ਆਈ ਹੈ ਅਤੇ ਉਹ ਹੋਰ ਫੈਨਸ ਨੂੰ ਇਹ ਫਿਲਮ ਦੇਖਣ ਦੀ ਅਪੀਲ ਵੀ ਕਰਦੇ ਹੋਏ ਨਜ਼ਰ ਆਏ ਇੰਨਾ ਹੀ ਨਹੀਂ ਅਕਸ਼ੇ ਕੁਮਾਰ ਨੂੰ ਇਹ ਫਿਲਮ ਦਾ ਟ੍ਰੇਲਰ ਇੰਨਾ ਜ਼ਿਆਦਾ ਪਸੰਦ ਆਇਆ ਸੀ ਕਿ ਉਹਨਾਂ ਨੇ ਪਿਛਲੇ ਕੁਝ ਦਿਨ ਪਹਿਲਾਂ ਇਸ ਫਿਲਮ ਦੇ ਟ੍ਰੇਲਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝਾ ਕੀਤਾ ਅਤੇ ਫੈਨਸ ਨੂੰ ਇਹ ਫਿਲਮ ਦੇਖਣ ਦੀ ਅਪੀਲ ਕੀਤੀ ਇੰਨਾ ਹੀ ਨਹੀਂ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਇਸ ਫਿਲਮ ਨੂੰ ਦੇਖਣ ਦੀ ਅਪੀਲ ਆਪਣੇ ਫੈਨਸ ਦੇ ਨਾਲ ਕੀਤੀ ਸੀ ਵੈਲ ਫਿਲਹਾਲ ਤੁਸੀਂ ਸੁਣੋ ਕਪਿਲ ਨੇ ਕੀ ਗੱਲਬਾਤ ਕੀਤੀ ਮੀਡੀਆ ਦੇ ਨਾਲ ਅਤੇ ਆਪਣੀ ਰਾਏ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਸੱਚੇ ਤੇਰੇ ਨੂੰ ਬਾਰੇ ਬਾਤ ਕਰਦਾ ਤਾਂ ਉਹ ਸਾਰੀ ਦੀ ਪੂਰੀ ਟੀਮ ਤੋਂ ਬਹੁਤ ਹੀ ਉਹ ਜਿੰਨਾ ਫਿਲਮ ਬਣਾਈ ਹੈ ਔਰ ਜੈਸੇ ਹਮ ਕਹਾ ਕਿ ਟੈਕਸ ਫ੍ਰੀ ਹੋਣੀ ਵੀ ਨਹੀਂ ਦਿਲ ਰਖਤਾ ਕਿ ਹਰ ਤਰਫ ਸੇ ਸਪੋਰਟ ਮਿਲਣਾ ਚਾਹੀਏ ਚਾਹੇ ਹਮ ਕਲਾਕਾਰ ਨੂੰ ਕੇਸ ਪੇ ਕੀ ਜਿਹੜੇ ਸਿਨੇਮਾ ਕਈ ਵੀ ਹੋਈ ਹੈ ਔਰ ਦੂਸਰੀ ਬਾਤ ਵੀ ਹੈ ਕਿ ਮੈਂ ਆਪਣੀ ਬਾਤ ਕਰ ਪਰਸਨਲੀ ਮੁਝੇ ਇਹ ਲਗਤਾ ਕਿ ਉਹਨੇ ਇਸ ਵੀਕ ਜਿੱਦੂ ਹੀ ਬੜੀ ਫਿਲਮ ਮੇਰਾ ਫਾਲਨ ਨਹੀਂ ਲੇਕਿਨ ਜਬ ਇਹ ਮਾਧਿਅਮ ਐਸਾ ਹੈ ਕਲਾਕਾਰ ਬੱਚੋ ਹੁਆ ਕਸ ਉਹਨੇ ਤਾਂ ਦਿਖਾ ਪਾਏ ਜੋਤੀ ਉਹਨਾਂ ਵੀ ਜਿਹੀ ਜਾਂਦੀ ਚਾਰ ਸਾਈਡ ਦਾ ਜਾਈ ਔਰ ਮਾਰੀ ਬੱਚੇ ਦੇ ਉਹ ਗਿਲਤ ਪੱਤੇ ਬਹੁਤ ਬਹੁਤ ਸਾਰੇ ਪੰਜਾਬੀ ਫੈਮਲੀ ਲੈ ਐਂਡ ਉਹ ਵੇਖ ਮੈਂ ਆਪਣੀ ਬੱਚੇ ਦੇ ਘਰ ਜਾ ਕੇ ਨਹੀਂ ਕਰ ਉਹ ਛੋਟੇ ਸਾਹਿਬਜ਼ਾਦੋ ਦੀ ਸ਼ਹਾਦਤ ਦੇ ਬਾਰੇ ਪਤਾ ਚੱਲਾ ਹੈ ਸੋ ਮੈਨੂੰ ਲੱਗਦਾ ਹੈ ਕਿ ਐਸੀ ਤਮੰਨਾ ਉਹ ਤਾਂ ਬਹੁਤ ਹੀ ਨੰਬਰ ਵਾ ਤੇ ਹੀ ਔਰ ਤਾਂ ਕੋਈ ਤਾਂ ਸਹੀ ਹੋਣੀ ਚਾਹੀਦੀ ਔਰ ਬੜੀ ਫੰਕਸ਼ਨਲ ਔਰ ਕਮ ਸਮ ਪੀ ਸੀ ਆ ਇਟਸ ਦੈਟ ਵੀ ਇਸ ਕੋ ਪੀਪਲ ਔਰ ਹਾਊ ਦਾ ਜ਼ਰਾ ਮਿਲ ਸਭ ਤੋਂ ਵਟਸ ਅਨ ਫਨ ਮਾ ਗਿਆ ਆਪ ਲੋਕ ਯਹਾਂ ਮੈਂ ਅਗਰ ਯੂ ਮੈਂ ਆਫਟਰ ਦਾ ਵਨ ਕੰਪਲੀਟਲੀ ਯਾਰ ਫਨ ਮਾ ਜਿਸ ਟੈਕਸ ਟੈਕ ਇਹਨਾਂ ਨਾਮ ਉਸ ਉਹ ਆਪੀ ਗੁਣ ਪਰ ਆਪਸ ਹੀ ਇਨ ਫੈਕਟ ਤੇ ਪੀਪੀ ਵਾਸਤਾ ਆਪ ਦਾ ਜੀ ਤੋ ਇਨਵਰਟ ਬੜ ਜਾਤੀ ਹੈ ਦੇ ਬਾਤੋ ਬਾਤੋ ਤੋ ਬਸ ਟੱਪ ਨਾ ਆਹਾਂ ਕਾ ਕਿ ਐਸੇ ਐਸੇ ਐਂਡ ਤੇ ਫੋਟੋ ਵਾਈ ਕਰਾ ਬੋ ਗਾ ਜੀ ਅਭੀ ਤੋ ਦਾਤਾ ਹੂੰ ਬਰਾਦਾ ਯਾਰ ਇਹ ਐਸਾ ਹੈ ਆ ਆ ਨਾ ਅਬ ਉਸ ਬਾਤੋ ਬਰਾ ਲਾਈਸ ਥੈਂਕ ਯੂ ਐਸਾ ਹੈ ਦੇ ਵੀ ਬੀ ਵਰ ਵੀ ਨੋ ਵਾ ਨਿਆ ਆ ਦੇ ਮੈਂਟਰ ਹੈ ਐਂਡ ਵਾਸ ਬੜੇ ਵਾਲੇ ਕਪੋ ਤੋ ਬਾਈ ਤੇ ਮਾਰੇ ਗਵੇ ਬਣਨੇ ਇਹ ਜਨਮ ਆਏ ਤੇ ਵਾਰ ਐਨੀ ਵੇਕ ਨੀ ਇਹ ਦੇ ਕਿਚੇ ਸੁਣੀ ਦਾ ਹੱਪੀ ਇਹ ਵਾਸ ਕਾਲਿਆ ਵੀ ਆ ਕਦੇ ਰੋਗ ਇੱਕ ਸਾਥ ਚੋਬੇ ਤਾਂ ਗਿਆ ਕਰਦੇ ਸੈਬ ਉਹ ਉਸ ਆਫ ਇਟਸ ਦੀ ਬਿਲ ਆਫ ਲਾਈਵ ਵੀਡੀਓ ਆਈ ਵੇ ਬੈਕ ਵਰ ਬੀ ਵਿਦ ਆਦਨ ਮੈ ਡਾਪਿੰਗ ਮੋਰ ਦੇ ਕਰ ਵਾਸ ਬੋ ਜਬ ਵੀ ਕੋਈ ਯੂ ਕੰਬਾਈ ਨਹੀਂ ਆਦਾ ਤੇ ਮੀਨ ਵੇ ਨਹੀਂ ਆਦਾ ਤੇ ਅਬ ਫਰ ਮੁਮਕਨ ਦਾ ਵੀ ਮਸਲਾ ਆਪਾਂ ਨੇ ਦਿੱਤਾ ਉਹ ਡਿਊ ਬਲੇ ਕਾ ਕਰ ਬੋ ਸੋ ਹੀ ਨਾ ਵੀ ਕਾ ਯੰਗ ਸੇ ਤੋਂ ਮੈਂ ਦਿਖਾਈ ਅਮ ਬੇ ਬੜੇ ਬੜੇ ਬਾਈਕ ਵੀ ਹੈ ਬੇ ਬਾਬ ਸੀ ਐਂਡ ਦੇ ਪਲੇਨ ਅਪੋਰ ਹਮੇਸ਼ਾ ਯੂਨਾਈਟਿਵ ਬਾਈਕ ਲੋਗਿੰਗ ਨੇ ਬਾਅਦ ਆ ਜਾ ਉਹ ਮਾਰ ਜੈਟਲੈਨ ਨੇ ਉਹ ਵੀ ਸਲੀਟੀ ਨਾ ਉਹ ਮੈਂ ਜਸ ਬੱਤ ਤੱਕ ਉਹਨਾਂ ਨੇ ਬਾਅਦ ਦੇ ਆ ਫੁੱਲ ਲੇਟ ਹੋ ਗਿਆ ਉਹ ਇਸ ਕਲੀ ਉਹਮ ਸਟਾਰ ਤੋਂ ਕੋਲ ਬਸ ਆਪ ਇਸ ਨੂੰ ਮੋਕ ਇਹ ਕਰ ਮੈਂ ਆਪ ਦੇਖੇ ਵੀ ਉਸ ਬੱਤ ਅੱਛਾ ਸਾ ਵੀ ਕਿਉਂ ਉਹ ਉਹ ਕੋ ਟਾਈਮ ਤਾਂ ਟੈਂਸ਼ਨ ਸਿੰਗ ਮੈਂ ਦੋ ਹੈ ਇਹ ਜ਼ੋਰ ਤੱਕ ਹੋ ਗਏ ਮੈਂ ਇਸ ਦਾ ਐਕਿਵੈਂਟ ਹੋ ਗਿਆ ਉਹ ਵੋਟ ਸੀ ਵੀ ਟੈਲ ਲਾਉਂ ਕੇ ਬੈਪਰ ਵੋਟ ਕਰ ਤੇ ਤੇ ਆਪ ਉਹ ਆ ਰਹੇ ਨੇ ਸਟੇਡੀ ਯਾਰ ਜਿਸ ਤੋਂ ਸੋ ਯੂ ਲਾਈਕ ਇਟ ਆਲ ਜੂ ਦੋ ਸ਼ੇਅਰ